स्वागत इक बार फिर तो ਤੁਹਾਡਾ ਸਾਰਿਆਂ ਦਾ ਪ੍ਰਾਈਮ ਏਸ਼ੀਆ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਹਰ ਰੋਜ਼ ਦੀ ਤਰ੍ਹਾਂ ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਤੇ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਤੇ ਉੱਗੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਦਾ ਸਾਥ ਹੈ ਸਭ ਤੋਂ ਪਹਿਲਾਂ ਸਵਾਗਤ ਸਰਚਾ ਪੰਸਾਪ ਸਵਾਗਤ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਨਵਜੀਤ ਜੀ ਸਤਿ ਸ੍ਰੀ ਅਕਾਲ ਪੰਸਾਪ ਬਹੁਤ ਸਾਰੀਆਂ ਖਬਰਾਂ ਜਿਨ੍ਹਾਂ ਤੇ ਗੱਲਬਾਤ ਕਰਨੀ ਹੈ ਸ਼ੁਰੂਆਤ ਸੁਖਵੀਰ ਸਿੰਘ ਬਾਦਲ ਤੇ ਮਲੂਕਾ ਪਰਿਵਾਰ ਦੀ ਨੂੰ ਤੋਂ ਕਰਦੇ ਹਾਂ ਜੀ ਆਪਤ ਵਿੱਚ ਜਿਹੜੀ ਸ਼ਬਦੀ ਜੰਗ ਚ ਸੁਖਵੀਰ ਸਿੰਘ ਬਾਦਲ ਕੱਲਾ ਨਾ ਕਹੋ ਸੁਖਵੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਦੇ ਬਾਦਲ ਪਾਰਟੀ ਦੀ ਬਾਦਲ ਕਾਲੀ ਦਲ ਦੀ ਲੀਡਰਸ਼ਿਪ ਦੀ ਗੱਲ ਕਰੋ ਜੀ ਕੱਲ ਸਭ ਤੋਂ ਪਹਿਲਾ ਫੈਰ ਤਾਂ ਖੋਲਿਆ ਸੀ ਦਿੱਲੀ ਤੋਂ ਜਿਹੜੇ ਪਰਮਜੀਤ ਸਿੰਘ ਸਰਨਾ ਦਿੱਲੀ ਸੈਕਟਰ ਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਉਹਨਾਂ ਦੇ ਭਾਈ ਸਾਹਿਬ ਹਰਵਿੰਦਰ ਸਿੰਘ ਸਰਨਾ ਵੀ ਪ੍ਰਧਾਨ ਰਹਿ ਚੁੱਕੇ ਸਭ ਤੋਂ ਪਹਿਲਾਂ ਹਮਲਾਤੇ ਉਹਨਾਂ ਨੇ ਬੋਲਿਆ ਕਿ ਮਲੂਕਾ ਪਰਿਵਾਰ ਨੇ ਅਕਾਲੀ ਦਲ ਦੇ ਪਿੱਠ ਚੁਰਾ ਮਾਰਿਆ ਸੁਖਬੀਰ ਸਿੰਘ ਬਾਦਲ ਨੂੰ ਚਾਹੀਦਾ ਕਿ ਸਕੰਦਰ ਸਿੰਘ ਮਲੂਕਨ ਨੂੰ ਤੁਰਤ ਪਾਰਟੀ ਚੋਂ ਕੱਢ ਦਿਓ ਉਤੋਂ ਬਾਅਦ ਸਕੰਦਰ ਸਿੰਘ ਮਲੂਕਾ ਨੇ ਬੜੇ ਖੁੱਲੇ ਸ਼ਬਦਾਂ ਚ ਆਖਿਆ ਸੀ ਕਿ ਇਹ ਸਰਨੇ ਹੋਰੇ ਹੁਣ ਅਕਾਲੀ ਦਲ ਦੇ ਜਿਆਦੇ ਵਫਾਦਾਰ ਹੋ ਗਏ ਤੇ ਸਾਨੂੰ ਪਿੱਠ ਛੁਰਾ ਮਾਰਨਾ ਦੱਸਦੇ ਆ 22 ਸਾਲ ਇਹ ਬਾਦਲ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਬਾਦਲ ਗ੍ਰੋਪਤ ਨੂੰ ਕੜੀ ਕੜੀ ਪੁੱਠੀ ਸਿੱਧੀ ਗੱਲ ਇਹਨਾਂ ਨੇ ਨਹੀਂ ਆਖੀ ਉਹ ਚੇਤਾ ਭੁੱਲ ਗਿਆ ਅੱਜ ਚਹੇਤੇ ਬਣ ਗਏ ਮੈਂ ਉਹਨਾਂ ਦੀ ਗੱਲਬਾਤ ਨਹੀਂ ਕਰ ਜਾਂਦਾ ਕਿਉਂਕਿ ਦੋਵੇਂ ਤਰ੍ਹਾਂ ਹੀ ਕਦੇ ਇਕੱਠੇ ਰਹੇ ਆ ਅੱਜ ਆਡਾ ਡਿਆ ਕੱਲ ਨੂੰ ਫੇਰ ਇਕੱਠੇ ਹੋ ਸਕਦੇ ਆ ਜੀ ਸੁਖਦੇਵ ਸਿੰਘ ਢੀਂਡਾ ਸਾਹਿਬ ਤੇ ਸੁਖਵੀਰ ਸਿੰਘ ਬਾਦਲ ਇਕੱਠੇ ਹੋ ਹੀ ਗਏ ਇੱਕ ਮੌਕਾ ਸੀ ਸੁਖਵੀਰ ਸਿੰਘ ਬਾਦਲ ਨੇ ਉੱਥੇ ਜਾ ਕੇ ਜਿੱਦਾਂ ਸੰਗਰੂਰ 'ਚ ਰੈਲੀ ਕਰਕੇ ਆਖਿਆ ਸੀ ਅੰਤਮ ਅਰਦਾਸ ਹੀ ਕਰ ਜਣੀ ਆ। ਹੂੰ। ਤੇ ਜਵਾਬ 'ਚ ਜੋ ਸੁਖਦੇਵ ਸਿੰਘ ਢਿੰਡਸਾ ਦੇ ਪੁੱਤਰ ਪਰਵਿੰਦਰ ਸਿੰਘ ਢਿੰਡਸਾ ਨੇ ਆਖਿਆ ਸੀ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਵੱਡੇ ਬਾਦਲ ਸਾਹਿਬ ਦੀ ਉਮਰ ਦਤਾ ਗੱਲ ਲੰਮਾ ਕਰੀ ਤਾਂ ਕਿ ਵੇਖ ਜਾਣ ਕਿ ਉਹਨਾਂ ਦਾ ਪੁੱਤਰ ਪਾਰਟੀ ਨੂੰ ਕਿੱਥੇ ਪਹੁੰਚਾਉਂਦਾ। ਜੀ। ਅੱਜ ਉਹ ਦੋਵੇਂ ਤਰ੍ਹਾਂ ਇਕੱਠੇ ਹੋ ਗਏ। ਬਿਲਕੁਲ। ਬੀਬੀ ਜਗੀਰਕੌਰ ਨੂੰ ਪਾਰਟੀ 'ਚੋਂ ਕੱਢ ਦਿੱਤਾ ਗਿਆ। ਫਿਰ ਕਹਿੰਨ ਬੀਬੀ ਜੀ ਵਾਪਸ ਆ ਜਾਓ। ਉਹ ਕਹਿੰਦੀ ਮੈਂ ਗਈ ਕਦੋਂ ਤਹਾਂ ਕੱਢਿਆ। ਤੁਹਾਡੇ ਬੰਦੇ ਮੇਰੇ ਖਿਲਾਫ ਬਹੁਤ ਤਸਦਾਂ ਕੰਦਵਾਂ ਬਗਦੇ ਰਹੇ ਮੈਂ ਤਾਂ ਗਈ ਕਦੇ ਨਹੀਂ ਮਤਾ ਤੁਸੀਂ ਕੀਤਾ ਸੀ ਵਾਪਸ ਰੋਪਾਪੇ ਮਤਾ ਵਾਪਸ ਲੈ ਲਿਆ ਇਹ ਸਾਰੀਆਂ ਗੱਲਾਂ ਜਿੰਨੀਆਂ ਹੋਈਆਂ ਇੱਕ ਤਰਫਾ ਸੀ ਹੁਣ ਸਿਕੰਦਰ ਸਿੰਘ ਮਲੂਕਾ ਬਾਦਲ ਅਕਾਲੀ ਦਰ ਦੀ ਡਿਸਪਲਿਨ ਕਮੇਟੀ ਦਾ ਮੁਖੀ ਸੀ ਜਿਹਨੇ ਬਾਕੀਆਂ ਦੇ ਡਿਸਪਲਿਨ ਲਾਗੂ ਕਰਨਾ ਸੀ ਆਕਰ ਕੁਝ ਤਾਂ ਕਾਰਨ ਹੋਣਗੇ ਕਿ ਇਹੋ ਜਿਹਾ ਪਰਿਵਾਰ ਵੀ ਇਹਨਾਂ ਤੋਂ ਵੱਖਰਾ ਚਲਾ ਜਾਵੇ ਜਿਹੜਾ ਪਿਛਲੇ 40 ਸਾਲਾਂ ਤੋਂ ਇਹਨਾਂ ਦੇ ਨਾਲ ਬਹੁਤ ਥੰਮੂਆਂ ਖੜਾ ਹੋਵੇ ਜੀ ਜੇ ਸਕੰਦਰ ਸਿੰਘ ਮਲੂਕਾ ਕਹਿੰਦੇ ਆ ਕਿ ਮੈਂ ਨਹੀਂ ਗਿਆ ਪੁੱਤਰ ਤੇ ਨੋਂ ਗਿਆ ਪਰ ਮੈਂ ਉਹਨਾਂ ਨੂੰ ਰੋਕ ਨਹੀਂ ਸਕਦਾ ਉਹਨਾਂ ਦੇ ਮਨ 'ਚ ਕੁਝ ਰੰਜ ਹੋਵੇਗਾ ਚਲੇ ਗਏ ਮੈਂ ਆਖਰ ਸੀ ਨਾ ਜਾ ਉਹ ਚਲੇ ਗਿਆ ਇਹਨਾਂ ਦੋਵਾਂ ਨੂੰ ਅੱਡੋ ਅੱਡ ਕਰਕੇ ਵੇਖਣਾ ਚਾਹੀਦਾ ਸੀ ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਆ ਬੜਾ ਹੌਲੇ ਪੱਧਰ ਦਾ ਕਿ ਜਿਹੜੇ ਬੰਦੇ ਭਾਜ ਭਜ ਜਾਂਦੇ ਇਹਨਾਂ ਦਾ ਡੀਐਨਏ ਚੈੱਕ ਕਰਨਾ ਚਾਹੀਦਾ ਉਹਨਾਂ ਦਾ ਡੀਐਨਏ ਇੱਕ ਦਿਨ ਪਹਿਲਾਂ ਤੱਕ ਠੀਕ ਸੀ ਰਾਤੋਂ ਰਾਤ ਉਹਨਾਂ ਦਾ ਡੀਐਨਏ ਵੀ ਖਰਾਬ ਹੋ ਗਿਆ। ਔਰ ਪਰਮਪਾਲ ਕੋਲ ਜਿਹੜੇ ਆਈਐਸ ਅਫਸਰ ਤੋਂ ਵੈਲੰਟਰੀ ਰਿਟਾਇਰਮੈਂਟ ਸਕੀਮ ਉਹ ਕਹਿੰਦੀ ਹੈ ਲੋਕੇ ਕਹਿੰਦੇ ਅਸਤੀਫਾ ਦਿੱਤਾ ਮੈਨੂੰ ਨਹੀਂ ਪਤਾ ਕੀ ਦਿੱਤਾ। ਉਹ ਕਹਿੰਦੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਪਹਿਲਾਂ ਪੁੱਛੋ ਵੀ ਉਹਨੂੰ ਪਤਾ ਡੀਐਨਏ ਦੇ ਫੁੱਲ ਫਾਰਮ ਕੀ ਹੁੰਦੀ ਹੈ ਇਹਦੇ ਮੀਨਿੰਗ ਕੀ ਹੁੰਦੇ ਆ। ਇੰਨੇ ਤੇ ਪਤਾ ਵੀ ਕੋਈ ਨਹੀਂ ਤੇ ਇਦਾਂ ਦੀਆਂ ਵੱਧ ਉਹਦੀਆਂ ਗੱਲਾਂ ਕਿਉਂ ਕਰਦਾ? ਹੁਣ ਜਿਹੜੇ ਜਿਨ੍ਹਾਂ ਨੂੰ ਕੱਲ ਬੀਬਾ ਜੀ ਬੀਬਾ ਜੀ ਕਰਦੇ ਰਿਹਾ ਤੇ ਅੱਜ ਉਹਨਾਂ ਕੋਲੋਂ ਆ ਪੁੱਠਾ ਸਿੱਧਾ ਸੁਣਨ ਨਾਲੋਂ ਚੰਗਾ ਇਹ ਨਹੀਂ ਸੀ ਕਿ ਸੁਖਵੀਰ ਸਿੰਘ ਬਾਦਲ ਕਹਿੰਦਾ ਕਿ ਜਿੰਨਾ ਸਾਥ ਸੇ ਨਿਭ ਗਿਆ ਚੰਗਾ ਕੋਈ ਨਹੀਂ ਜ਼ਿੰਦਗੀ ਦੇ ਕਿਸੇ ਹੋਰ ਮੋੜ ਤੇ ਵੀ ਇਕੱਠੇ ਹੋ ਸਕਦੇ ਆ ਤੁਸੀਂ ਆਪਣੇ ਥਾਂ ਤੇ ਖੁਸ਼ ਰਹੋ ਸਾਡੇ ਵੱਲੋਂ ਸ਼ੁਭ ਕਾਮਨਾਵਾਂ ਜਿੱਥੇ ਮਰਜ਼ੀ ਜਾਓ ਜਦੋਂ ਮਨਜਿੰਦਰ ਸਿੰਘ ਸਿਰਸਾ ਪਹਿਨਾ ਭਾਜਪਾ ਨਾਲ ਉਹਨਾਂ ਦਾ ਸੀ ਇਹਨੂੰ ਬੁਰਾ ਲੱਗਦਾ ਸੀ ਫਿਰ ਉਹਨਾਂ ਆਪਣੇ ਨਾਲ ਰੁਲਾ ਲਿਆ ਇਹਨਾਂ ਵੱਡਾ ਲੀਡਰ ਬਣਾ ਲਿਆ ਸਾਰੀ ਦਿੱਲੀ ਉਹਨੂੰ ਸੌਂਪ ਦਿੱਤੀ ਰਾਤ ਦਿਨ ਦਾ ਬੈਨ ਉੱਠਣ ਸੀ ਮਨਜੀਤ ਸਿੰਘ ਜੀਕੇ ਦੀ ਬੇਇੱਜ਼ਤੀ ਕਰਵਾਈ ਗਈ ਅਮਰੀਕਾ ਵਿੱਚ ਜਿਹੜੇ ਬੰਦਿਆਂ ਸੱਧਿਆ ਉਹ ਨੁੱਕਰ ਤੇ ਖਲੋ ਕੇ ਵੇਖਦੇ ਰਹੇ ਤੇ ਪਾਰਕਿੰਗ ਚ ਉਹਨੂੰ ਕਟਵਾਇਆ ਗਿਆ ਵਾਪਸ ਆਏ ਉਹਨੂੰ ਪ੍ਰਧਾਨਗੀ ਤੋਂ ਲਾਤ ਤਾ ਗਿਆ ਉਦੋਂ ਤੱਕ ਮਨਜਿੰਦਰ ਸਿੰਘ ਸਿਰਸਾ ਇਹਨਾਂ ਦੇ ਨਾਲ ਸੀ ਤੇ ਚੰਗਾ ਲੱਗਦਾ ਸੀ ਜਿਸ ਦਿਨ ਉਹ ਛੱਡ ਗਿਆ ਤੇ ਆਖਿਆ ਗਿਆ ਕਿ ਸਾਡੇ ਬੰਦੇ ਤੇ ਦਬਾਅ ਪਾ ਕੇ ਤੇ ਉਹਨੂੰ ਤਮਕਾ ਕੇ ਭਾਜਪਾ ਨੇ ਆਪਣੇ ਚ ਲੜਾਇਆ ਇੱਕ ਬੜੀ ਧਾਰਮਿਕ ਹਸਤੀ ਆ ਪਰ ਧਾਰਮਿਕ ਇਦਾਂ ਦਾ ਹੀ ਆ ਕਿ ਅ ਇੱਕ ਕਿਸੇ ਦੂਸਰੇ ਧਰਮਦੀਪ ਦੀ PH.D. ਹਦ ਵਿਚਾਲੇ ਤੱਕ ਕੀਤੀ ਉਹਨੇ ਉਹਨੇ ਇਹ ਵੀ ਕਹਿ ਦਿੱਤਾ ਸੀ ਕਿ ਸਾਡੇ ਬੰਦੇ ਤੇ ਦਬਾ ਪਾ ਕੇ ਇੱਥੋਂ ਤੱਕ ਆਖਿਆ ਗਿਆ ਕਿ ਉਹਦੇ ਸਿਰ ਤੇ ਬੰਦੂਕ ਰੱਖ ਕੇ ਉਹਨੂੰ ਭਾਜਪਾ ਚ ਸ਼ਾਮਲ ਕਰਵਾਇਆ ਗਿਆ ਜੇ ਬੰਦਾ ਕੱਲ ਤੱਕ ਤੁਹਾਡਾ ਸੀ ਮੁੜ ਕੇ ਤੱਕ ਚਲੇਗਾ ਤੇ ਹੁਣ ਉਹ ਤੁਹਾਡੇ ਖਿਲਾਫ ਬੋਲਦਾ ਤੇ ਉਹਦੇ ਖਿਲਾਫ ਬੋਲਦੇ ਤੁਸੀਂ ਭਾਜਪਾ ਦੇ ਨਾਲ ਸੀ ਤੇ ਛੋਟੇ ਸਾਹਿਬ ਦਾ ਜਾਂ ਬਾਰੇ ਜੋ ਕੁਝ ਕਹਿੰਦੇ ਸੀ ਉਹ ਤੁਹਾਨੂੰ ਭੁੱਲ ਗਿਆ ਤੇ ਭਾਜਪਾ ਨੇ ਆ ਕੇ ਵੀਰ ਬਾਲ ਦੇ ਉਸ ਮਨਾਇਆ ਤੇ ਤੁਸੀਂ ਉਹਦਾ ਵਿਰੋਧ ਕਰਤਾ ਤੇ ਮੁੜ ਕੇ ਫਿਰ ਭਾਜਪਾ ਨਾਲ ਸਮਝੌਤਾ ਕਰਨ ਤੁਰ ਪਏ ਤੋਹਾਂ ਸੋਚਿਆ ਕਿ ਦਸੰਬਰ ਦੇ ਆਖਰੀ ਹਫਤੇ ਉਹਨਾਂ ਨੇ ਫਿਰ ਵੀਰ ਬਾਲ ਦੇ ਉਸ ਮਨਾਉਣਾ ਪਹਿਲਾਂ ਤੁਸੀਂ ਗੱਲ ਕਰ ਲਈ ਕਿ ਮਨਾਉਣਗੇ ਕਿ ਨਹੀਂ ਇਹ ਤਾਂ ਮਰ ਲੋ ਇੱਕ ਇੱਕ ਪਾਰਟੀ ਇਹ ਫੈਸਲਾ ਕਰੇ ਕਿ ਸਿੱਖ ਕਿੱਧਰ ਜਾਣਗੇ ਕਿੱਧਰ ਨਹੀਂ ਜਾਣਗੇ ਉਹ ਕੱਲੀ ਪਾਰਟੀ ਕੋਲ ਹੀ ਲਾਇਸੈਂਸ ਹੋ ਗਿਆ ਉਹਦੇ ਨਾਲ ਜਿਸ ਤਰ੍ਹਾਂ ਦੀ ਡੀਐਨਏ ਵਗੈਰਾ ਦੀ ਗੱਲ ਆਖੀ ਗਈ ਉਹਦੇ ਤੋਂ ਮਲੂਕਾ ਪਰਿਵਾਰ ਦਾ ਚੜਨਾ ਕੁਝ ਲੋਕਾਂ ਨੂੰ ਸਮਝਾਉਣਾ ਕੁਝ ਨੂੰ ਨਹੀਂ ਸਮਝਾਉਣਾ ਪਰ ਮੇਰਾ ਖਿਆਲ ਆ ਗੜਤਨ ਇੰਨੀ ਨਹੀਂ ਵਧਾਉਣੀ ਚਾਹੀਦੀ ਸਿਆਣੇ ਕਹਿੰਦੇ ਆ ਕਿ ਕਿਸੇ ਨਾਲ ਮਤਭੇਦ ਵੀ ਹੋ ਜਾਣ ਤੇ ਇਸ ਹੱਦ ਤੱਕ ਨਹੀਂ ਜਾਂਦਾ ਕਿ ਜ਼ਿੰਦਗੀ ਦੇ ਕਿਸੇ ਮੋੜ ਤੇ ਜੇ ਕੱਲ ਨੂੰ ਇਕੱਠੇ ਵੀ ਹੋ ਜਾਈਏ ਤੇ ਇੱਕ ਦੂਸਰੇ ਨਾਲ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਜੋਗੇ ਨਾ ਰਹ ਜੀ ਸ਼ਰਮ ਆਉਂਦੀ ਰਹੇ ਕਿ ਮੈਂ ਇਹਨੂੰ ਕੀ ਆਖਿਆ ਸੀ ਉੱਥੋਂ ਤੱਕ ਨਹੀਂ ਜਾਣਾ ਚਾਹੀਦਾ ਪਰ ਅੱਜ ਕੱਲ ਸਾਡੇ ਸਿਆਸੀ ਲੀਡਰ ਜਾਂਦੇ ਵੀ ਆ ਭੁੱਲ ਵੀ ਜਾਂਦੇ ਆ ਪਤਾ ਨਹੀਂ ਲੱਗਦਾ ਕੱਲ ਕੀ ਆਖਿਆ ਸੀ ਅੱਜ ਕੀ ਆਖਿਆ ਤੇ ਭੜਕ ਦੀ ਗੱਲ ਛੱਡੋ ਇਹ ਨਹੀਂ ਪਤਾ 5 ਮਿੰਟ ਬਾਅਦ ਕੀ ਆਖਣਗੇ ਕੁਝ ਥੋੜਾ ਜਿਹਾ ਸਟੈਂਡਰਡ ਰੱਖਣਾ ਚਾਹੀਦਾ ਬਿਲਕੁਲ ਪੰਨ ਸਾਹਿਬ ਤੁਸੀਂ ਠੀਕ ਕਹੇ ਕੁਝ ਲੋਕਾਂ ਨੂੰ ਸਮਝਣਾ ਕੁਝ ਨੂੰ ਨਹੀਂ ਹੋਣਾ ਇਸੇ ਤਰ੍ਹਾਂ ਪੰਜਾਬ ਦਾ ਸਿਆਸੀ ਮਾਹੌਲ ਹੈ ਜੀ ਬਹੁਤ ਸਾਰੇ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਹੈ ਅਸਵਲੇ ਉਮੀਦਵਾਰਾਂ ਦੀ ਲਿਸਟ ਆ ਫਸੀਆਂ ਹੋਈਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਉਡੀਕੀ ਰਹੀਆਂ ਜੀ ਲੱਗਦਾ ਕਿਸੇ ਤਰ੍ਹਾਂ ਦਾ ਕੋਈ ਗੱਠਜੋੜ ਹੋਣ ਦੀ ਸੰਭਾਵਨਾ ਜਾਂ ਫਿਰ ਇੱਕ ਦੂਸਰੇ ਵੱਲ ਦੇਖਿਆ ਜਾ ਰਿਹਾ ਕਿ ਪਹਿਲਾਂ ਕਿਹੜਾ ਉਮੀਦਵਾਰ ਉਤਾਰ ਦਿਆ ਕੁੱਲ ਮਿਲਾ ਕੇ ਚੋਣ ਦ੍ਰਿਸ਼ ਕੀ ਹੈ ਜੀ ਦੇਖੋ ਗੱਠਜੋੜ ਨਾਲੋਂ ਜ਼ਿਆਦਾ ਇੱਕ ਦੂਸਰੇ ਦੀ ਗਠੜੀ ਚੋਰੀ ਕਰਨ ਦੀ ਸੰਭਾਵਨਾ ਜੀ ਉਹ ਮੌਕਾ ਗਿਆ ਜਦੋਂ ਲੀਡਰ ਪਾਰਟੀਆਂ ਦੇ ਵਫਾਦਾਰ ਹੁੰਦੇ ਸਨ ਹੁਣ ਵਫਾਦਾਰੀਆਂ ਕੋਈ ਨਹੀਂ ਹਾਂ ਕਪੜਿਆਂ ਨੂੰ ਵੱਧ ਤੇਜ਼ੀ ਨਾਲ ਵਫਾਦਾਰੀਆਂ ਬਦਲਦੀਆਂ ਨੇ ਇੱਕ ਇੱਕ ਦਿਨ ਚ ਤਿੰਨ ਤਿੰਨ ਪਾਸੇ ਝਾਕ ਇੱਕੋ ਬੰਦਾ ਕਾਂਗਰਸ ਵੱਲੋਂ ਐਮਐਲਏ ਬਣਿਆ ਸੀ ਮੁੜ ਕੇ ਪਤਾ ਲੱਗਾ ਕਿ ਉਹਨੇ ਅਕਾਲੀਆਂ ਤੋਂ ਮੰਗ ਕੀਤੀ ਆ ਕਿ ਮੈਨੂੰ ਫੁਲਾਨੇ ਤਾਜ਼ ਤੋਂ ਪਾਰਲੀਮੈਂਟ ਦੀ ਟਿਕਟ ਦੇ ਦਿਓ ਤੇ ਉਹ ਸਹਿਮਤ ਹੋ ਗਏ ਪਰ ਥੱਲੇੋਂ ਪਤਾ ਕਰਾਇਆ ਕਿ ਇਹਦੇ ਨਾਲ ਤੇ ਬੇਇੱਜ਼ਤੀ ਬਹੁਤ ਆ ਵੋਟਾਂ ਨਹੀਂ ਮਿਲਣੀਆਂ ਇਹਨਾਂ ਦੇ ਨਾਂ ਤੇ ਤੇ ਰਾਤੋਂ ਰਾਤ ਦਿੱਲੀ ਪਹੁੰਚ ਗਿਆ ਭਾਜਪਾ ਵਾਲਿਆਂ ਕੋਲ ਕਿ ਪੈਸੇ ਮੇਰੇ ਕੋਲ ਆ ਟਿਕਟ ਤੁਸੀਂ ਦੇ ਦਿਓ ਤੇ ਮੈਂ ਚੋਣ ਲੜ ਦੂੰ ਉਹਨਾਂ ਵੀ ਦੋ-ਤਿੰਨ ਗੇੜੇ ਮਰਵਾ ਕੇ ਆਖਿਆ ਕਿ ਤੂੰ ਹੋਰ ਕੋਈ ਪਾਰਟੀ ਜੇ ਰਹਿੰਦੀ ਆ ਤੇ ਉਧਰੋਂ ਵੀ ਚੱਕਰ ਲਾਇਆ ਆ ਅੱਪ ਬਾਅਦ ਚ ਵੇਖ ਲਾਂਗੇ ਇਦਾਂ ਦੀਆਂ ਕੱਲਾਂ ਕਈਆਂ ਦੀਆਂ ਨੇ ਅੱਜ ਸਵੇਰ ਦੀ ਇਹ ਗੱਲ ਉੱਡੀ ਜਾਂਦੀ ਆ ਕਿ ਆਨੰਦਪੁਰ ਸਾਹਿਬ ਸੀਟ ਤੋਂ ਜਿਹੜਾ ਕਾਂਗਰਸ ਦਾ ਪਾਰਲੀਮੈਂਟ ਮੈਂਬਰ ਆ ਮਨੀਸ਼ ਤਿਵਾੜੀ ਉਹਨੂੰ ਪਾਸੇ ਕਰ ਦੇਣਾ ਤੇ ਰਾਣਾ ਗੁਰਜੀਤ ਸਿੰਘ ਦਾ ਪੁੱਤਰ ਇੰਦਰਪ੍ਰਤਾਪ ਸਿੰਘ ਰਾਣਾ ਇੰਦਰਪ੍ਰਤਾਪ ਜਿਹੜਾ ਸੁਲਤਾਨਪੁਰ ਲੋਧੀ ਤੋਂ ਕਾਂਗਰਸ ਦੇ ਉਮੀਦਵਾਰ ਨੂੰ ਹਰਾ ਕੇ ਤੇ ਆਜ਼ਾਦ ਜਿੱਤਿਆ ਸੀ ਨਾਲ ਦੀ ਕਪੂਰਤਲਾ ਸੀਟ ਤੋਂ ਪਿਓ ਕਾਂਗਰਸ ਦੇ ਵੱਲ ਟਿਕਟ ਤੇ ਜਿੱਤਿਆ ਤੇ ਸੁल्तानਪੁਰ ਲੋਧੀ ਚੋਪੁੱਤਰ ਆਜ਼ਾਦ ਜਿੱਤਿਆ ਕਹਿੰਦੇ ਜੀ ਉਹ ਹੁਣ ਕਾਂਗਰਸ ਪਾਰਟੀ ਵੱਲੋਂ ਆਨੰਦਪੁਰ ਸਾਹਿਬ ਤੋਂ ਚੋਣ ਲੜੂਗਾ ਜੀ ਇਹਦੇ ਵਿੱਚ ਕਿੰਨਾ ਕਦਮ ਹੈ ਸਾਨੂੰ ਪਤਾ ਨਹੀਂ ਚਰਚੇ ਹੀ ਨੇ ਖੰਬਾ ਦੀਆਂ ਡਾਰਾਂ ਅੱਜ ਸਵੇਰ ਤੋਂ ਇਹ ਚਰਚਾ ਚੱਲੀ ਜਾਂਦੀ ਹੈ ਕਿ ਪਵਨ ਕੁਮਾਰ ਟੀਨੂ ਨੇ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨੀ ਹੈ ਉਹਦਾ ਦੁਪਹਿਰੇ ਬਿਆਨ ਆ ਗਿਆ ਤੁਹਾਨੂੰ ਕੌਣ ਕਹਿੰਦਾ ਮੈਂ ਤੇ ਇਦਾਂ ਦੀ ਗੱਲ ਕੋਈ ਨਹੀਂ ਆਖੀ ਮੇਰਾ ਇਮੇਜ ਖਰਾਬ ਕਰਨ ਦੇ ਯਤਨ ਆ ਅੱਗੇ ਇੱਥੇ ਇਦਾਂ ਦੀਆਂ ਕਈ ਗੱਲਾਂ ਚੱਲਦੀਆਂ ਨੇ ਆ ਜਦੋਂ ਸਿਕੰਦਰ ਸਿੰਘ ਮਲੂਕਾ ਦੀ ਨੋਨ ਨੇ ਅਸਤੀਫਾ ਦਿੱਤਾ ਤੇ ਰੌਲਾ ਪਿਆ ਕਿ ਉਹਨੇ ਭਾਜਪਾ ਵੱਲੋਂ ਚੋਣ ਲੜਨੀ ਆ ਉਸ ਦਿਨ ਸਾਰੇ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਇਸ ਗੱਲ ਦਾ ਰੌਲਾ ਸੀ ਤੇ ਜਗਰਾਉਂ ਦੇ ਲਾਗੇ ਇੱਕ ਸੰਤ ਦੇ ਪੁੱਤਰ ਦੇ ਵਿਆਹ ਤੇ ਸਿਕੰਦਰ ਸਿੰਘ ਮਲੂਕਾ ਤੇ ਸੁਖਵੀਰ ਸਿੰਘ ਬਾਦਲ ਸਾਰੇ ਦਿਨ ਇਕੱਠੇ ਬੈਠੇ ਰਹੇ ਜੀ ਹੱਸ ਦੇ ਖੇਡਦੇ ਰਹੇ ਕੋਈ ਗੱਲ ਹੀ ਨਹੀਂ ਸੀ ਤੇ ਜੇ ਇਦਾਂ ਹੁਣ ਰਵਨੀਤ ਸਿੰਘ ਬਿੱਟੂ ਨੇ ਰਾਤ ਨੂੰ ਰਾਹੁਲ ਗਾਂਧੀ ਦੇ ਜਿਹੜੇ ਟਵੀਟ ਸੀ ਭਾਜਪਾ ਦੇ ਖਿਲਾਫ ਉਹਨਾਂ ਨੂੰ ਅੱਗੇ ਰੀਟਵੀਟ ਕੀਤਾ ਤੇ ਸਵੇਰੇ ਉਹ ਭਾਜਪਾ ਚਲਾ ਗਿਆ ਉਹ ਮੁਕੇ ਬਾਜ ਵਜਿੰਦਰ ਰਾਤ ਉਹਨੇ ਭਾਜਪਾ ਦੇ ਖਿਲਾਫ ਟਵੀਟ ਕੀਤੇ ਤੇ ਸਵੇਰੇ ਉਹਦਰ ਸ਼ਾਮਲ ਹੋ ਗਿਆ ਕਹਿੰਦਾ ਮੈਂ ਜਦ ਸੁੱਤਾ ਸੀ ਤੇ ਮੈਨੂੰ ਇੱਕਦਮ ਸੁੱਤੇ ਪੈ ਨੂੰ ਇਹ ਖਿਆਲ ਆਇਆ ਕਿ ਮੈਂ ਤਾਂ ਗਲਤ ਪਾਸੇ ਮੈਂ ਉਹਦੇ ਚਲ ਜਾਵਾਂ ਜੀ ਸੁੱਤੇ ਪੈ ਨੂੰ ਖਿਆਲ ਆਇਆ ਕਿ ਅੱਧੀ ਰਾਤ ਫੋਨ ਆ ਗਿਆ ਕਿ ਤੂੰ ਆ ਜਾ ਤੈਨੂੰ ਦੇ ਦਿੰਦੇ ਆ ਕੁਝ ਇਹ ਨਹੀਂ ਪਤਾ ਇੱਥੇ ਜਿਹੜਾ ਦਿੱਲੀ ਸਰਕਾਰ ਦਾ ਮੰਤਰੀ ਅਸਤੀਫਾ ਦੇ ਗਿਆ ਪਰਸੋਂ ਜੀ ਉਹਨੇ 2 ਘੰਟੇ ਪਹਿਲਾਂ ਅਰਵਿੰਦ ਕੇਜਰੀਵਾਲ ਦੇ ਪੱਖ ਵਿੱਚ ਟਵੀਟ ਕੀਤਾ ਸੀ 2 ਘੰਟਿਆਂ ਬਾਅਦ ਉਹਦੇ ਖਿਲਾਫ ਬੋਲਣ ਲੱਗ ਪਿਆ ਇੱਥੇ ਘੜੀ ਪਲ ਘੜੀ ਪਲ ਇਹ ਜਿੱਦਾਂ ਦਾ ਮਾਹੌਲ ਬਣਿਆ ਪਿਆ ਉਹਦੇ ਸਾਨੂੰ ਕੱਖ ਨਹੀਂ ਪਤਾ ਕੀ ਹੋਊਗਾ ਅ ਜਿਹੜਾ ਜਲੰਧਰ ਦੇ ਵਿੱਚੋਂ ਸਸ਼ੀਲ ਰਿੰਕੂ ਹੈ ਕਾਂਗਰਸ ਵੱਲੋਂ ਇੱਕ ਵਾਰੀ ਐਮਐਲਏ ਬਣ ਗਿਆ ਦੂਜੀ ਵਾਰੀ ਚੋਣ ਲੜੀ ਹਾਰ ਗਿਆ ਮੁੜ ਕੇ ਪਾਰਲੀਮੈਂਟ ਦੀ ਸੀਟ ਖਾਲੀ ਹੋ ਗਈ ਆਮ ਆਦਮੀ ਪਾਰਟੀ ਵੱਲੋਂ ਲੜ ਕੇ ਜਿੱਤਿਆ ਐਸ ਵਾਰੀ ਆਮ ਆਦਮੀ ਪਾਰਟੀ ਕੁਲ ਆਪ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਹਦੇ ਘਰ ਮਿਲਿਆ ਉਹਨਾਂ ਟਿਕਟ ਅਨਾਉਂਸ ਕਰਤੀ ਕਿ ਇਹੋ ਹੀ ਸਾਡਾ ਕੈਂਡੀਡੇਟ ਹੋਗਾ ਤੇ ਮੁੜ ਕੇ ਛੱਡ ਕੇ ਉਹਦੇ ਚਲਾ ਗਿਆ ਇਦਾਂ ਦੇ ਐਸ ਵਾਰੀ ਭਾਰਤ ਸਾਰੇ ਚੜੜਾ ਕੇ ਕੁੱਤੀ ਦੇ ਕਰੀਬ ਮਸਾਲਾ ਜਿਨ੍ਹਾਂ ਨੂੰ ਟਿਕਟ ਮਿਲੀ ਟਿਕਟ ਛੱਡ ਕੇ ਦੂਜੀ ਪਾਰਟੀ ਲੋ ਜਾ ਕੁ ਲੋਤੇ ਜੀ ਇੱਥੋਂ ਨੀ ਯਕੀਨ ਹੀ ਕੋਈ ਨਹੀਂ ਕਿ ਕੌਣ ਕਿੱਧਰ ਜਾਊਗਾ ਤੇ ਜਦੋਂ ਇਹੋ ਜਿਹਾ ਯਕੀਨ ਕੋਈ ਨਹੀਂ ਤੇ ਅਸੀਂ ਪੰਜਾਬ ਦੇ scene ਬਾਰੇ ਐਸ ਵੇਲੇ ਕੀ ਕਹਿ ਸਕਦੇ ਆ ਸਿੱਧੀ ਜੀ ਗੱਲ ਹੈ ਕਿ ਅਜੇ ਵਾਵਾਦਨ ਰਹਿੰਦੇ ਆ ਕਾਗਜ਼ ਦਾਖਲ ਹੋਣ ਦਿਓ ਮਈ ਦੇ ਦੂਸਰੇ ਹਫਤੇ ਤੱਕ ਜਾ ਕੇ ਪੋਜੀਸ਼ਨ ਕਲੀਅਰ ਹੋ ਘਟੂ ਘਟ ਸਰ ਕੋ ਇੱਕ ਮਹੀਨਾ ਲਗਾ ਜੀ ਜਦੋਂ ਕਾਗਜ਼ ਦਾਖਲ ਹੋ ਗਏ ਤੇ ਦਾਖਲ ਹੋਣ ਤੋਂ ਬਾਅਦ ਵੀ ਕੋਈ ਪਤਾ ਨਹੀਂ ਅਮਰਿੰਦਰ ਸਿੰਘ ਦੇ ਮੁਕਾਬਲੇ 1992 ਚ ਜਿਹੜੇ ਬੰਦੇ ਨੇ ਕਾਗਜ਼ ਦਾਖਲ ਕਰਾਇਆ ਸੀ ਅਖੀਰਲੇ ਵਕਤ ਉਹਨੇ ਕਾਬੀ ਚੋਕਲੇ ਉਤੇ ਅਮਰਿੰਦਰ ਸਿੰਘ ਨੂੰ ਆਜ਼ਾਦ ਜਿੱਤ ਲੈਣ ਦਿੱਤਾ ਸੀ ਇਦਾਂ ਦੀਆਂ ਗੱਲਾਂ ਵੀ ਹੋਈਆਂ ਨੇ ਇਹਨਾਂ ਦਾ ਕੋਈ ਜਿਹੜਾ ਪੰਜਾਬੀ ਜਿਹੜਾ ਇਹਦਾ ਕਿਸੇ ਦਾ ਕੋਈ ਦਿਨ ਮਜਬ ਨਹੀਂ ਪੰਜਾਬ ਦੀ ਰਾਜਨੀਤੀ ਉੱਥੇ ਪਹੁੰਚ ਗਈ ਹੈ ਕਿ ਕਿਸੇ ਦਾ ਕੋਈ ਦਿਨ ਮਜਬੂਰ ਨਹੀਂ ਜੀ ਪੰਨੂ ਸਾਹਿਬ ਅੱਗੇ ਵੱਧਦੇ ਆ ਗੱਲ ਕਰਨੀ ਹੈ ਦਸੂਹੇ ਦੀ ਇੱਕ ਮਾੜੀ ਖਬਰ ਸਾਹਮਣੇ ਆ ਰਹੀ ਹੈ ਅਮਰੀਕਾ ਵਿੱਚ ਦੋ ਦੋਸਤਾਂ ਦੀ ਮੌਤ ਹੁੰਦੀ ਹੈ ਹਾਦਸਾ ਹੁੰਦਾ ਹੈ 36 ਦਿਨ ਬਾਅਦ ਪੰਜਾਬ ਚ ਉਹਨਾਂ ਦੀਆਂ ਲਾਸ਼ਾਂ ਆਈਆਂ ਨੇ ਇਸ ਦਾ ਕਾਰਨ ਕੀ ਹੈ ਜੀ ਇੰਨੀ ਦੇਰੀ ਕਿਉਂ ਹੋ ਗਈ ਨਵਜੀਤ ਜੀ ਪਹਿਲੀ ਗੱਲ ਤਾਂ ਇੱਕ ਸਾਨੂੰ ਦੁੱਖ ਹੈ ਕਿ ਪਿਛਲਿਆਂ ਦਿਨਾਂ ਚ ਬਹੁਤ ਸਾਰੇ ਪੰਜਾਬੀਆਂ ਦੀ ਵਿਦੇਸ਼ਾਂ ਵਿੱਚ ਮੌਤ ਹੋਈ ਹੈ ਦੂਸਰਾ ਇਹ ਕਿ ਜਿਹੜੇ ਇਹ ਦੋ ਨੌਜਵਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਆ ਇਲਾਕੇ ਚੋਂ ਟਰਕਿਆਣਾ ਪਿੰਡ ਤੋਂ ਇਸ ਵਾਰੀ ਹਾਦਸੇ ਦਾ ਸ਼ਿਕਾਰ ਹੋਏ। ਇੱਕ ਮੁੰਡਾ ਸੁਖਜਿੰਦਰ ਸਿੰਘ ਜਿਹਨੂੰ ਸੌਰਵ ਕਹਿੰਦੇ ਸੀ, ਦੂਸਰਾ ਜਿਹੜਾ ਸਿਮਰਨਜੀਤ ਸਿੰਘ ਆ ਇਹ ਦੋਵੇਂ ਬਚਪਨ ਦੇ ਦੋਸਤ ਸੀਗੇ, ਉੱਥੇ ਜਾ ਕੇ ਵੀ ਇਕੱਠੇ ਰਹਿੰਦੇ ਸੀ, ਦੋਵੇਂ ਰਲ ਕੇ ਟਰਾਲਾ ਚਲਾਉਂਦੇ ਸੀ। ਫਰੈਜ਼ਨੋਂ ਤੋਂ ਕੈਲੀਫੋਰਨੀਆ ਸਟੇਟ ਚੋਂ ਇਹ ਟੈਕਸਾਸ ਵੱਲੋਂ ਅੱਗੇ ਜਾਂਦੇ ਪਏ ਸੀ ਇਹਨਾਂ ਸ਼ਾਇਦ ਕਿਸੇ ਹੋਰ ਤਾਂ ਪਹੁੰਚਣਾ ਸੀ, ਹਾਦਸਾ ਹੋ ਗਿਆ। ਮੈਡੀਕਲ ਵੀ। ਜੀ। ਦੋਵੇਂ ਨੌਜਵਾਨ ਆਪੋ ਆਪਣੇ ਮਾਪੇ ਦੇ ਇਕਲੌਤੇ ਪੁੱਤ ਸੀ ਇੱਕ ਦੀਆਂ ਛੇ ਤਿੰਨ ਭੈਣਾਂ ਨੇ ਤੇ ਇੱਕ ਦੀ ਇੱਕ ਭੈਣ ਆ ਮਾਫ਼ ਕਰਨਾ ਜੇ ਕੁਝ ਮੇਰੇ ਤੋਂ ਬੋਲਣ ਚ ਵਾਦਾ ਘਟਾ ਹੋ ਗਿਆ ਗਲਤ ਹੋਵੇ ਮੈਂ ਉਹਨਾਂ ਚੋਂ ਇੱਕ ਪਰਿਵਾਰ ਨਾਲ ਥੋੜਾ ਜਿਹਾ ਨੇੜਿਓ ਜਾਣਕਾਰੀ ਵੀ ਐਡਵੋਕੇਟ ਰਗਵੀਰ ਸਿੰਘ ਟੇਰਕੀਆਣਾ ਦਾ ਭਤੀਜਾ ਇੱਕ ਨੌਜਵਾਨ ਉਹ ਜਿਹੜੀ ਘਟਨਾ ਵਾਪਰ ਗਈ ਬਦਕਿਸਮਤੀ ਹੈ ਕਿ ਉਸ ਪਰਿਵਾਰ ਨਾਲੇ ਘਟਨਾ ਵਾਪਰ ਗਈ ਪਰ ਉਦੋਂ ਵੱਧ ਬਦਕਿਸਮਤੀ ਇਹ ਹੈ ਕਿ ਪਿਛਲੇ ਮਹੀਨੇ 7 ਮਾਰਚ ਨੂੰ ਇਹਨਾਂ ਨੂੰ ਖਬਰ ਮਿਲੀ ਇਹ ਘਟਨਾ 6 ਮਾਰਚ ਰਾਤ ਦੀ ਐ ਕਿ 7 ਮਾਰਚ ਉੱਥੋਂ ਦੀ ਸਵੇਰ ਦੀ ਐ ਮੈਨੂੰ ਪਤਾ ਉਹਦੇ ਤੋਂ ਬਾਅਦ ਪਰਿਵਾਰ ਦੀ ਪਰਵਾਹ ਭਾਵਨਾ ਦੋਵਾਂ ਪਰਿਵਾਰਾਂ ਦੀ ਐ ਕਿ ਹੋਰ ਕੁਝ ਨਹੀਂ ਸਾਡੇ ਨੌਜਵਾਨਾਂ ਦੇ ਸਾਨੂੰ ਚਿਹਰੇ ਵੇਖਣ ਨੂੰ ਮਿਲ ਜਾਣ ਇਹਨਾਂ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਇੱਕ ਨੌਜਵਾਨ ਦਾ ਕਜ਼ਨ ਉੱਥੇ ਖੁਦ ਵਕੀਲ ਹੈ ਜੀ ਉਥੋਂ ਦੀਆਂ ਏਜੰਸੀਆਂ ਤੇ ਕੋਆਪਰੇਟ ਕਰਦੀਆਂ ਹੋਣਗੀਆਂ ਬਹੁਤਾ ਰੋਜ਼ ਸਾਡੇ ਲੋਕਾਂ ਨੂੰ ਇਹ ਆ ਕਿ ਭਾਰਤ ਦਾ ਕੌਂਸੂਲੇਟ ਕੋ ਬਹੁਤਾ ਕੰਮ ਨਹੀਂ ਕਰ ਰਿਹਾ ਬਹੁਤੀ ਮਦਦ ਨਹੀਂ ਕਰ ਰਿਹਾ ਹੁਣ ਹਾਲਤ ਇਹ ਆ ਕਿ 36 ਦਿਨ ਬਾਅਦ ਇੱਥੇ ਲਾਸ਼ ਆਈਆਂ ਨੇ ਜੀ ਇੱਕ ਪੱਖ ਇਹ ਆ ਦੂਸਰਾ ਇਹ ਆ ਕਿ ਭਾਰਤ ਵਿੱਚ ਕਿਸੇ ਦੇ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰ ਜਾਵੇ ਇੱਥੋਂ 3 ਦਿਨ ਦੇ ਅੰਦਰ ਅੰਦਰ ਲਾਸ਼ ਭੇਜ ਦਿੰਦੇ ਅਸੀਂ ਮੈਂ ਖੁਦ ਦੋ ਲੋਕਾਂ ਦੀਆਂ ਲਾਸ਼ਾਂ ਆਪਣੇ ਹੱਥੀਂ ਭੇਜੀਆਂ ਹੋਈਆਂ। ਉਹਨਾਂ 'ਚੋਂ ਇੱਕ ਤਾਂ ਮੇਰਾ ਦੋਸਤ ਸੀ 2008 ਦੇ ਵਿੱਚ ਰਾਤ ਨੂੰ ਮੇਰੇ ਕੋਲੋਂ ਗਿਆ ਕਿ ਮੈਂ ਦਿੱਲੀ ਚੱਲਿਆਂ ਤੇ ਕੱਲ ਉੱਥੇ ਦੇ ਕੰਮ ਨਿਪਟਾ ਕੇ ਕੱਲ ਰਾਤ ਰਾਤ ਆਜੂ ਤੇ ਸਵੇਰੇ ਪਾਣੀਪੱਤ ਤੋਂ ਖਬਰ ਆ ਗਈ ਕਿ ਐਕਸੀਡੈਂਟ 'ਚ ਉਹਦੀ ਮੌਤ ਹੋ ਗਈ। ਉਹਦੇ ਮਾਪੇ ਬਾਪ ਇੱਥੇ ਸੀ, ਇੱਕ ਭਰਾ ਇੱਥੇ ਸੀ, ਦੋ ਭਰਾ ਉੱਥੇ ਸੀ। ਮੈਂ ਸਾਰਾ ਕੁਝ ਆਪਣੇ ਹੱਥੀਂ ਪ੍ਰਬੰਧ ਕਰਕੇ ਭੇਜਿਆ ਅਸੀਂ ਤੀਸਰੇ ਦਿਨ ਤੋਂ ਪਹਿਲਾਂ-ਪਹਿਲਾਂ ਮ੍ਰਿਤਕ ਸਰੀਰ ਉਹਦੀ ਪਤਨੀ ਬੱਚਿਆਂ ਤੇ ਪਰਿਵਾਰ ਕੋਲ ਉੱਥੇ ਭੇਜਦਾ ਸੀ ਹਾਲਾਂਕਿ ਭਾਰਤ ਦਾ ਪ੍ਰਬੰਧ ਅਸੀਂ ਬਹੁਤ ਨਿਕੰਮਾ ਆਖੀ ਜਾਂਦੇ ਹਾਂ ਤੇ ਅਮਰੀਕਾ 'ਚ ਪ੍ਰਬੰਧ ਤੇ ਸੁਰੱਖਣਾ ਹੋਊਗਾ ਚੰਗਾ ਹੋ ਜਿੱਥੇ ਕਿਤੇ ਇਦਾਂ ਦੀ ਮਾੜੀ ਘਟਨਾ ਵਾਪਰ ਜਾਂਦੀ ਹੈ ਜੇ ਫਿਰ ਵੀ ਇੱਥੇ ਨਹੀਂ ਕੁਝ ਪਹੁੰਚਦਾ ਤੇ ਜਿਹੜਾ ਆਮ ਲੋਕਾਂ 'ਚ ਰੋਸਾ ਹੈ ਕਿ ਭਾਰਤ ਦੀਆਂ ਅੰਬੈਸੀਆਂ ਤੇ ਹਾਈ ਕਮਿਸ਼ਨਾਂ 'ਚ ਬੈਠੇ ਚਿੱਟ ਕੱਪੜੀਏ ਜਿਹੜਿਆ ਲੋਕਾਂ ਦੇ ਦੁੱਖ ਨੂੰ ਦੁੱਖ ਨਹੀਂ ਸਮਝਦੇ ਬੰਦੇ ਨੂੰ ਬੰਦਾ ਨਹੀਂ ਸਮਝਦੇ ਇਹ ਗੱਲ ਤੇ ਹੁਣ ਵੀ ਹੈ ਉਹਦਾ ਕਹਿ ਦੇ ਲਈ ਅਸੀਂ ਉਸ ਪਰਿਵਾਰ ਦੇ ਸੰਪਰਕ ਵਿੱਚ ਹਾਂ ਤੁਹਾਡਾ ਸੰਪਰਕ ਕੀ ਕਰੂਗਾ ਜੇ ਤੁਸੀਂ ਕਿਸੇ ਦੀ ਕਿਸੇ ਕਿਸਮ ਦੀ ਕੋ ਮਦਦ ਹੀ ਨਹੀਂ ਕਰ ਰਹੇ ਜੇ ਮਦਦ ਕੀਤੀ ਹੋਵੇ ਤੇ 36 ਦਿਨ ਤੱਕ ਲਾਸ਼ਾਂ ਕਿੱਦਾਂ ਨਾ ਹੋ ਗਈਆਂ ਮੈਂ ਪਤਾ ਕਰਾਇਆ ਈਗਲ ਵਿੰਗਜ਼ ਯਰ ਨਾਂ ਦੀ ਕੰਪਨੀ ਹੈ ਜਿਹੜੀ ਇਸ ਤਰ੍ਹਾਂ ਦੇ ਮ੍ਰਿਤਕ ਸਰੀਰ ਜਾਂ ਜੇ ਕਿਸੇ ਦੀਆਂ ਆਸਤੀਆਂ ਭੇਜਣੀਆਂ ਹੋਣ ਤੇ ਉਹਨਾਂ ਦਾ ਪ੍ਰਬੰਧ ਕਰਦੀ ਹੈ ਮੈਂ ਉਹਦੇ ਵਾਊਚਰ ਵੀ ਵੇਖੇ ਆ ਉਹਨਾਂ ਨੂੰ 8 ਅਪ੍ਰੈਲ ਨੂੰ ਜਾ ਕੇ ਮ੍ਰਿਤਕ ਸਰੀਰ ਮਿਲਦੇ ਤੇ 11 ਨੂੰ ਉਹਨਾਂ ਦੇ ਲਈ ਪਛਾਣ ਤੇ 3 ਦਿਨਾਂ ਚ ਬਾਕੀ ਦੇ ਜਿਹੜੇ 32 33 ਦਿਨ ਸੀ ਉੱਥੇ ਕੀ ਹੁੰਦਾ ਰਿਹਾ ਇਹ 32 ਦਿਨ ਉਹਦੇ 'ਚ ਜੇ ਸਾਡਾ ਕੋਈ ਹਾਈ ਕਮਿਸ਼ਨ ਕੋਈ ਐਮਬੈਸੀ ਦਖਲ ਦੇਵੇ ਤੇ ਇੰਨੇ ਦਿਨ ਲੱਗਣ ਦਾ ਕਾਰਨ ਹੀ ਕੋਈ ਨਹੀਂ ਜਿਹੜਾ ਅਮਰੀਕਾ 'ਚ ਸਾਡਾ ਪਿਛਲਾ ਰਾਜਦੂਤ ਸੀ ਅੱਜਕੱਲ੍ਹ ਅੰਬਰਸਰ ਦੇ ਵਿੱਚ ਚੋਣ ਲੜਦਾ ਪਰ ਚੋਣ ਕਾਦੀ ਲੜਦਾ ਪਿਆ ਕਸਾਨਾਂ ਤੋਂ ਵੇਚਤੀ ਕਰਾਉਂਦਾ ਗਲੀਆਂ-ਗਲੀਆਂ ਤੁਰਿਆ ਫਿਰਦਾ ਉਹਨੂੰ ਇਹ ਦੱਸਣਾ ਚਾਹੀਦਾ ਕਿ ਉੱਥੇ ਉਹ ਹੁਣੇ ਕਿਉਂ ਆਇਆ ਤੇ ਕਿਹੋ ਜਿਹਾ ਪ੍ਰਬੰਧ ਛੱਡ ਕੇ ਕਿ ਸਿਸਟਮ ਛੱਡ ਕੇ ਪੱਠ ਪਵੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ ਜਿਸੀਂ ਉਹਨਾਂ ਮਹਿੰਗੇ ਦੇਸ਼ਾਂ ਦੇ ਵਿੱਚ ਡਾਲਰਾਂ ਦੇ ਹਿਸਾਬ ਨਾਲ ਤਨਖਾਹਾਂ ਦੇਣ ਦਾ ਪਰ ਉੱਥੇ ਬੈਠੇ ਲੋਕ ਜੇ ਸਾਡੇ ਲੋਕਾਂ ਦੀ ਮਦਦ ਨਹੀਂ ਕਰਦੇ ਤੇ ਅਫਸੋਸਨਾਕ ਗੱਲ ਹੈ ਸਾਡੀਆਂ ਹਮਦਰਦੀਆਂ ਉਹਨਾਂ ਨੌਜਵਾਨਾਂ ਦੇ ਪਰਿਵਾਰ ਨਾਲ ਵੀ ਆ ਤੇ ਜਿਹੜੇ ਜਿਹੜੇ ਹੋਰ ਲੋਕਾਂ ਨੂੰ ਖੰਜਲ ਖਰਾਬ ਹੋਣਾ ਪਿਆ ਉਹਨਾਂ ਨਾਲ ਵੀ ਸਾਡੀ ਇੱਕੋ ਬੇਨਤੀ ਹੈ ਕਿ ਭਾਰਤ ਸਰਕਾਰ ਆਪਣੇ ਵਿਦੇਸ਼ੀ ਮਿਸ਼ਨਾਂ ਨੂੰ ਇਹ ਆਖੇ ਕਿ ਤੁਸੀਂ ਆਏ ਅਗੇ ਵਜ਼ੀਰਾਂ ਦੇ ਅੱਗੇ ਪਛਿਆ ਭਜਣ ਵਾਸਤੇ ਨਹੀਂ ਉੱਥੇ ਬੈਠੇ ਰੱਬ ਦਾ ਵਾਸਤਾ ਕੁ ਲੋਕਾਂ ਦੀ ਬਾਤ ਵੀ ਕਰਿਆ ਕਰੋ ਜੀ ਪੰਸਾ ਜੀ ਅੱਗੇ ਗੱਲ ਕਰਦੇ ਆ ਜੰਮੂ ਦੀ ਕਿਸੇ ਵੇਲੇ ਸਰਕਾਰਾਂ ਇਸ ਤਰ੍ਹਾਂ ਦੇ ਫੈਸਲੇ ਲੈਂਦੀਆਂ ਜਦੋਂ ਲੋਕਾਂ ਦਾ ਵਿਰੋਧ ਹੁੰਦਾ ਤੇ ਫਿਰ ਉਹਨਾਂ ਨੂੰ ਫੈਸਲੇ ਵਾਪਸ ਲੈਣੇ ਪੈਂਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੰਮੂ ਕਸ਼ਮੀਰ ਦੇ ਦੌਰੇ ਤੇ ਨੇ ਹੁਣ ਉੱਥੇ ਜਾ ਕੇ ਇੱਕ ਚਰਚਾ ਚੱਲੀ ਹੈ ਕਿ ਜੰਮੂ ਨੂੰ ਦੁਬਾਰਾ ਸੂਬੇ ਦਾ ਦਰਜਾ ਦਿੱਤਾ ਜਾ ਸਕਦਾ ਇਹ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦਾ ਐਲਾਨ ਕੀ ਲੋਕਾਂ ਨੂੰ ਆਪਣੇ ਵੱਲ ਖਿੱਚਣ ਦਾ ਜਰਨਾ ਚਾਹ ਫਿਰ ਵਾਕਈ ਸਰਕਾਰ ਕੁਝ ਬਦਲਾ ਕਰਨਾ ਚਾਹੁੰਦੀ ਹੈ ਦੇਖੋ ਅਸੀਂ ਤਾਂ ਇਹ ਸੁਣਿਆ ਸੀ ਮੋਦੀ ਹੈ ਤੋਂ ਮਮਕਨ ਹੈ ਜੀ ਇਹ ਵੀ ਮੋਦੀ ਸਾਹਿਬ ਅੱਜਕੱਲ ਕਹੀ ਜਾਂਦੇ ਆ ਉਹ ਇਹ ਨਹੀਂ ਕਹਿੰਦੇ ਮੇਰੀ ਇੱਕ ਸਰਕਾਰ ਦੀ ਗਰੰਟੀ ਉਹ ਨਹੀਂ ਕਹਿੰਦੇ ਮੇਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਗਰੰਟੀ ਇਹ ਗੱਲਾਂ ਗਈਆਂ ਅਟਲ ਵਿਹਾਰੀ ਬਾਜਪਈ ਲਾਲ ਕ੍ਰਿਸ਼ਨ ਅਡਵਾਨੀ ਤੇ ਉਹਨਾਂ ਵਰਗੇ ਦੂਸਰਿਆਂ ਦੇ ਨਾਲ ਨਾ ਹੁਣ ਤਾਂ ਹਰ ਗੱਲ ਕਹਿੰਦੇ ਮੋਦੀ ਤਾਂ ਇਹ ਕਰੇਗਾ ਇਹ ਮੋਦੀ ਕੀ ਗਰੰਟੀ ਹੈ ਜਦੋਂ ਹਰ ਗੱਲ ਕਹਿੰਦੇ ਮੋਦੀ ਕੀ ਗਰੰਟੀ ਹੈ ਤੇ ਲੋਕੀ ਫਿਰ ਇਹ ਵੀ ਉਡੀਕਦੇ ਆ ਕਿ ਮੋਦੀ ਸਾਹਿਬ ਹੱਥਾਂ ਤੇ ਸਰੋਂ ਜਮਾ ਕੇ ਵੀ ਵਿਖਾਉਣ ਕੁਝ ਕਰਕੇ ਵੀ ਵਿਖਾਉਣ ਜੀ ਹੁੰਦਾ ਕੀ ਆ ਬਹੁਤ ਸਾਰੇ ਐਲਾਨ ਆ ਜਿਹੜੇ ਮੋਦੀ ਸਾਹਿਬ ਨੇ ਕੀਤੇ ਤੇ ਸਿਰੇ ਨਹੀਂ ਜੁੜੇ ਫਿਰ ਪੈਰ ਪਿੱਛੇ ਵੀ ਖਿੱਚਣੇ ਪਏ ਕਿਸਾਨਾਂ ਦੇ ਵਿਰੋਧ ਦੇ باوجود ਤਿੰਨ ਬਿੱਲ ਕਿਸਾਨਾਂ ਦੇ ਖਿਲਾਫ ਪਾਸ ਕੀਤੇ ਸਨ ਜਦੋਂ ਵਿਰੋਧ ਵੱਧ ਗਿਆ ਤੇ ਉਹ ਤਿੰਨੇ ਬਿੱਲ ਵਾਪਸ ਲੈਣੇ ਪਏ ਜੀ ਵਾਪਸ ਲੈ ਲੈ ਪਾਰਲੀਮੈਂਟ ਚ ਪਾਸ ਕਰਕੇ ਪਹਿਲੇ ਪਾਸ ਕੀਤੇ ਬਿੱਲ ਨਵੇਂ ਬਿੱਲ ਪਾਸ ਕਰਕੇ ਰੱਦ ਕਰ ਦਿੱਤੇ ਰਾਸ਼ਟਰਪਤੀ ਤੋਂ ਦਸਕ ਕਰਾਤੇ ਪਰ ਅੱਜ ਤੱਕ ਉਹਨਾਂ ਤੇ ਅਮਲ ਨਹੀਂ ਹੋਣ ਦਿੱਤਾ ਅਗਨੀਵੀਰ ਸਕੀਮ ਚਲਾਈ ਜਿਹੜੀ ਫੌਜੀਆ ਸਾਬਕਾ ਫੌਜੀਆ ਤੇ ਉਹਨਾਂ ਦੇ ਪਰਿਵਾਰਾਂ ਉਹਨਾਂ ਦੇ ਨਾਲ-ਨਾਲ ਜਿਹੜੇ ਸ਼ਹੀਦ ਪਰਿਵਾਰ ਨੇ ਜਿਨ੍ਹਾਂ ਦੇ ਘਰਾਂ ਦੇ ਜੀ ਬਾਰਡਰਾਂ ਤੇ ਜਾਂ ਹੋਰ ਮੌਕਿਆਂ ਤੇ ਫੌਜ ਵਿੱਚ ਜਾਨਾਂ ਗਵਾ ਬੈਠੇ ਉਹਨਾਂ ਸਾਰਿਆਂ 'ਚ ਰੋਸ ਵਧਿਆ ਭਾਰਤ ਦੀ ਫੌਜ ਦਾ ਸਾਬਕਾ ਮੁਖੀ ਕਹਿੰਦਾ ਜੀ ਲੋੜ ਪੈਣ ਦੇ ਉੱਤੇ ਅਸੀਂ ਇਸ ਸਕੀਮ ਦੇ ਉੱਤੇ ਮੁੜ ਵਿਚਾਰ ਵੀ ਕਰ ਸਕਦੇ ਹਾਂ ਤੇ ਆਪਣੇ ਆਪ ਤਾਂ ਕਹਿ ਨਹੀਂ ਸਕਦਾ ਇਹਨਾਂ ਕੁਝ ਕਹਿਣ ਤੋਂ ਬਾਅਦ ਵੀ ਨਾ ਸਰਕਾਰ ਅਜੇ ਤੱਕ ਇਹ ਦੱਸਦੀ ਕਿ ਕੋਈ ਸਕੀਮ ਰੱਖਣੀ ਹੈ ਜਾਂ ਦੱਸਦੀ ਕਿ ਅਸੀਂ ਵਾਪਸ ਲੈਣੀ ਕੋਈ ਸਪਸ਼ਟ ਨਹੀਂ ਕਰ ਰਹੀ ਜਦੋਂ 5 ਅਗਸਤ 2019 ਨੂੰ ਇਹਨਾਂ ਨੇ ਅਜੇ ਦੂਸਰੀ ਵਾਰੀ ਮਿਲੀ ਨੂੰ ਮੋਦੀ ਸਾਹਿਬ ਨੂੰ ਮਹੀਨਾ ਤਿੰਨ ਹੀ ਹੋਇਆ ਸੀ ਜੀ ਇਹਨਾਂ ਨੇ ਉਦੋਂ ਜਿੰਨੇ ਤੇਜ ਜੀ ਨਾਲ ਤਿੰਨ ਮਹੀਨੇ ਬਣੇ ਸੀ ਹੋਏ ਉਸ ਤੋਂ ਪਹਿਲਾਂ ਜੰਮੂ ਕਸ਼ਮੀਰ ਦੇ ਵਿੱਚ ਤਾਰਾ 370 ਤੋੜੀ ਨਾਲ ਹੀ ਜੰਮੂ ਕਸ਼ਮੀਰ ਸਟੇਟ ਵੀ ਤੋੜ ਦਿੱਤੀ ਉਹਦੇ ਇੱਕ ਤੋਂ ਦੋ ਹਿੱਸੇ ਕਰ ਦਿੱਤੇ ਹੋਰ ਇੱਕ ਸਾਟੇ ਮਾਰੀ ਉਹਨੂੰ ਤੋੜਿਆ ਕਿ ਸਟੇਟ ਦਾ ਦਰਜਾ ਸੂਬੇ ਦਾ ਖੋਕ ਕੇ ਤੇ ਯੂਨੀਅਨ ਟੈਰੀਟਰੀ ਬਣਾਤਾ ਹੁਣ ਮੋਦੀ ਸਾਹਿਬ ਨੇ ਵੋਟਾਂ ਦੇ ਦਿਨਾਂ 'ਚ ਜਾ ਕੇ ਕਹਿਤਾ ਕਿ ਅਸੀਂ ਇਹਨੂੰ ਪੂਰੇ ਰਾਜ ਦਾ ਦਰਜਾ ਦੇ ਸਕਦੇ ਹਾਂ ਵਿਧਾਨ ਸਭਾ ਚੋਣਾਂ ਵਿੱਚ ਕਢਾ ਸਕਦੇ ਹਾਂ ਵੀ 2019 ਤੋਂ ਲੈ ਕੇ 2024 ਤੱਕ ਇਹਨਾਂ 5 ਸਾਲਾਂ 'ਚ ਪੁળા ਥੱਲੋਂ ਬਥੇਰਾ ਪਾਣੀ ਲੰਘ ਗਿਆ ਹੁਣ ਤੱਕ ਕਿਉਂ ਨਾ ਕਰਾਂਗੇ ਜੀ ਹੁਣ ਤੱਕ ਪੂਰੇ ਰਾਜ ਦਾ ਦਰਜਾ ਕਿਉਂ ਨਹੀਂ ਦਿੱਤਾ ਜੇ ਦਰਜਾ ਦਿੱਤਾ ਹੁੰਦਾ ਅਸੈਂਬਲੀ ਹੁੰਦੀ ਉਹਨਾਂ ਦਾ ਕੋਈ ਰਾਜ ਸਭਾ ਚ ਹੀ ਹੁੰਦਾ ਕੁਝ ਨਾ ਕੁਝ ਤੇ ਕੀਤਾ ਕੁਝ ਵੀ ਨਹੀਂ ਹੁਣ ਇਹ ਫੇਰ ਕਹਿ ਦੇਣਾ ਮੈਂ ਆ ਕਰਦੇ ਆਂਗਾ ਇਹ ਤਾਂ ਤੁਸੀਂ 2014 ਦੇ ਵਿੱਚ ਦਿੱਲੀ 'ਚ ਵੀ ਆਖਿਆ ਸੀ ਕਿ ਜੇ ਮੇਰੀ ਸਰਕਾਰ ਬਣ ਗਈ ਤੇ ਦਿੱਲੀ ਨੂੰ ਪੂਰੇ ਰਾਜ ਦਾ ਦਰਜਾ ਦੇਵਾਂ ਹੋਇਆ ਇਹ ਕਿ ਉਹਦੇ ਤੋਂ ਬਾਅਦ ਜਦੋਂ ਦੀ ਸਰਕਾਰ ਬਣੀ ਕੈਂਚੀ ਫੜ ਕੇ ਉਹਦੇ ਅਧਿਕਾਰ ਘਟਨੇ ਸ਼ੁਰੂ ਕਰ ਮੋਦੀ ਸਾਹਿਬ ਕੁਝ ਕਰਕੇ ਵਿਖਾਉਣ ਲੋਕਾਂ ਨੂੰ ਭਰੋਸਾ ਜਿਹਾਵੇ ਕਿ ਇਹ ਸਰਕਾਰ ਜੋ ਕਹਿੰਦੀ ਆ ਉਹ ਕਰਦੀ ਵੀ ਆ ਜਿਹੜਾ ਇਹ ਆ ਨਾ ਕਿ ਗੁਫਤਾਰ ਕਾ ਗਾਜੀ ਬਣ ਤੋ ਗਿਆ ਅੱਗੇ ਆ ਕਿ ਅਮਲ ਵਿੱਚ ਕੀਤਾ ਕਿ ਨਹੀਂ ਕੀਤਾ ਲੋਕਾਂ ਨੇ ਸਿਰਫ ਗੱਲਾਂ ਨਹੀਂ ਵੇਖਣੀਆਂ ਮੋਦੀ ਸਾਹਿਬ ਅਮਲ ਵਿੱਚ ਕੁਝ ਕਰਕੇ ਵਿਖਾਉਣ ਜਿਹੜੀ ਗੱਲ ਅੱਜ ਉਹਨਾਂ ਨੇ ਜੰਮੂ ਕਸ਼ਮੀਰ ਤੇ ਆਖੀ ਹੈ ਇਹ ਚੋਣ ਜਾਬਤਾ ਲਾਗੂ ਹੋਣ ਤੋਂ ਇੱਕ ਹਫ਼ਤਾ ਪਹਿਲਾਂ ਕਰ ਦਿੰਦੇ ਘਟੂ ਘਟਰਾਉਂ ਜਾ ਕੇ ਤਸੱਲੀ ਤੇ ਹੁੰਦੀ ਤੇ ਆਹ ਲੋਕ ਸਭਾ ਦੇ ਨਾਲ ਹੀ ਵਿਧਾਨ ਸਭਾ ਦੀਆਂ ਚੋਣਾਂ ਵੀ ਕਰਾ ਦਿੰਦੇ ਉਹਨਾਂ ਨੂੰ ਯਕੀਨ ਆ ਜਾਂਦਾ ਕਿ ਮੋਦੀ ਸਾਹਿਬ ਜੋ ਕਹਿੰਦੇ ਆ ਕਰਨਗੇ ਵੀ ਫਿਰ ਉਹ ਕਹਿੰਦੇ ਮੋਦੀ ਹੈ ਤਾਂ ਮੁਮਕਨ ਹੈ ਬਿਲਕੁਲ ਹੋਰ ਤਾਂ ਮੰਨਣਾ ਉਹਨਾਂ ਦੀ ਵੀ ਔਖਾ ਹੋ ਸਕਦਾ ਜੀ ਪਰ ਸਭ ਜਾਂਦੇ ਜਾਂਦੇ ਗੱਲ ਯੂਕੇ ਦੀ ਕਰਨੀ ਹੈ ਉੱਥੋਂ ਦੀ ਸਰਕਾਰ ਨੇ ਕੁਝ ਕੁ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਕੰਮ ਕਰ ਰਹੇ ਸੀ ਵਿਦੇਸ਼ਾਂ ਵਿੱਚੋਂ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਪਰ ਯੂਕੇ ਵਿੱਚ ਕੀ ਕਰਨ ਬਣਿਆ ਜੀ ਦੇਖੋ ਯੂਕੇ ਵਿੱਚ ਵੀ ਕੁਝ ਦੂਜੇ ਦੇਸ਼ਾਂ ਵਿੱਚ ਵੀ ਸਾਡੇ ਲੋਕ ਜਾਂਦੇ ਆ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਕੋਈ ਵਿਆਹ ਸ਼ਾਦੀ ਤੇ ਜਾਂਦਾ ਕੋਈ ਉਦਾਂ ਟੂਰਿਸਟ ਬਣ ਕੇ ਜਾਂਦਾ ਕੋਈ ਮਰਗ ਦੇ ਮੌਕੇ ਵੀ ਜਾਂਦਾ ਮੁੜ ਕੇ ਵਾਪਸ ਨਹੀਂ ਆਉਂਦੇ ਵਿਸਟਮ ਵੀਜ਼ਾ ਜਿਹੜਾ ਉਹ 6 ਮਹੀਨੇ ਦਾ ਲੱਗਾ ਹੁੰਦਾ ਕਿਸੇ ਦੇ ਅਚ 3 ਮਹੀਨੇ ਦਾ ਲੱਗਾ ਹੁੰਦਾ ਫਿਰ ਚੋਰੀ ਛਪੇ ਕੰਮ ਕਰਨਾ ਸ਼ੁਰੂ ਕਰਨ ਦੇ ਕੰਮ ਕਰਨਾ ਕਾਨੂੰਨੀ ਤੌਰ ਤੇ ਉਹਨਾਂ ਦਾ ਅਧਿਕਾਰ ਨਹੀਂ ਜੀ ਕਦੇ-ਕਦੇ ਛਾਪਾ ਪੈਂਦਾ ਕੁਝ ਲੋਕ ਫੜੇ ਵੀ ਜਾਂਦੇ ਆ ਇਸ ਵਾਰੀ ਵੀ ਇਹ ਹੋਇਆ ਮੈਂ ਕੋਰੀ ਗਿਆ ਸਤ ਤੇ ਉੱਥੇ ਇੱਕ ਮਿੱਤਰ ਨੂੰ ਅਸੀਂ ਮਿਲਣ ਚਲੇ ਗਏ ਕਿਸੇ ਫੈਕਟਰੀ 'ਚ ਉਹ ਮਿੱਤਰ ਉੱਥੇ ਸੁਪਰਵਾਈਜ਼ਰ ਸੀ ਉਹਨੇ ਸਾਨੂੰ 10-12 ਬੰਦੇ ਮਿਲਾ ਦਿੱਤੇ ਜਿਨ੍ਹਾਂ ਦੇ ਵਿੱਚ ਇੱਥੇ ਸਾਡੇ ਪੰਜਾਬ ਵਿੱਚ ਚੱਲਦੀ ਇੱਕ ਬਹੁਤ ਵੱਡੀ ਸਰਕਾਰੀ ਬੈਂਕ ਜਿਹੜੀ ਆ ਉਹਦਾ ਚੀਫ ਮੈਨੇਜਰ ਸੀ ਉਹ ਮਸ਼ੀਨ ਤੇ ਕੰਮ ਕਰਦਾ ਪਿਆ ਸੀ ਤੂੰ ਨੇ ਬੜੇ ਚਾਰਾਂ ਦੱਸਿਆ ਜੀ ਮੈਂ ਤੁਹਾਨੂੰ ਫਲਾਣੇ ਵਕਤ ਮਿਲਿਆ ਸੀ ਮੈਂ ਫਲਾਣੇ ਬੈਕ ਦਾ ਚੀਫ ਮੈਨੇਜਰ ਐ ਤੇ ਮੈਂ ਕਿਹਾ ਇੱਥੇ ਆ ਕਹਿੰਦਾ ਛੁੱਟੀਆਂ ਚਾਹੀਆਂ ਸੋ ਤੇ ਮੈਂ ਕਿਹਾ ਆ ਤੇ ਬੜਾ ਕਹਿੰਦਾ ਜੀ ਇੱਥੇ ਆਮ ਰੇਟ ਨਾਲ ਸਾਨੂੰ ਘੱਟ ਮਿਲਦਾ ਪਰ ਜਿੰਨੀ ਮੇਰੀ ਉੱਥੇ ਚੀਫ ਮੈਨੇਜਰ ਦੀ ਤਨਖਾਹ ਉਹਦੇ ਨਾਲੋਂ 5 ਗੁਣਾ ਪੈਸੇ ਮੈਂ ਉੱਥੇ ਕਮਾ ਰਿਆ ਤੇ 6 ਮਹੀਨਿਆਂ ਚ ਮੈਂ ਇੰਨੇ ਇੰਨੇ ਲੱਖ ਲੈ ਜਣੇ ਅੱਛਾ ਇਹ ਜਿਹੜੇ ਸੱਟ ਲੋਕ ਉੱਥੇ ਜਾ ਕੇ ਗੈਰ ਕਾਨੂੰਨੀ ਕੰਮ ਕਰਦੇ ਆ ਕੋਈ ਨਾ ਕੋਈ ਚੁਗਲੀ ਮਾਰ ਦਿੰਦਾ ਫਸ ਜਾਂਦੇ ਆ ਅੱਗੇ ਵੀ ਕਈ ਵਾਰ ਹੋਇ ਉਨੋਂ ਉੱਥੇ ਵੈਸਟਮਿਡਲੈਂਡ ਦਾ ਇਲਾਕਾ ਜਿਹਨੂੰ ਅਸੀਂ ਇੰਗਲੈਂਡ ਵਿੱਚ ਜਾਓ ਤਾਂ ਸਭ ਤੋਂ ਵੱਡਾ ਸ਼ਹਿਰ ਲੰਡਨ ਦੂਜਾ ਮੁੜ ਕੇ ਬਰਮਿੰਗਮ ਹੈ ਬਰਮਿੰਗਮ ਇਹੋ ਵੈਸਟਮਿਡਲੈਂਡ ਦਾ ਇਲਾਕਾ ਉੱਥੇ ਗੱਦਿਆਂ ਦੀ ਇੱਕ ਫੈਕਟਰੀ 'ਚ ਕਿਸੇ ਨੇ ਸ਼ਰਾਬ ਕਰਤੀ ਹੋ ਪੁਲਿਸ ਨੇ ਜਾ ਕੇ ਰੇਡ ਕੀਤਾ 12 ਜਣੇ ਪੰਜਾਬੀ ਕਹਿੰਦੇ ਆ ਉੱਥੇ ਕੰਮ ਕਰਦੇ ਮਿਲਕੇ ਜਿਹੜੇ ਗੈਰ ਕਾਨੂੰਨੀ ਤੌਰ ਤੇ ਉੱਥੇ ਲੱਗੇ ਹੋ ਸੀ ਪੁਲਿਸ ਨੇ ਉਹਨਾਂ ਨੂੰ ਇੱਕ ਵਾਰੀ ਅਰੈਸਟ ਕਰ ਲਿਆ ਹੁਣ ਉਹਨਾਂ ਨੂੰ ਡਿਪੋਰਟ ਕਰਦੇ ਆ ਇੱਕ ਮੁੜ ਕੇ ساری ਉਮਰ ਲਈ ਉਹਨਾਂ ਦੇ ਪਾਸਪੋਰਟ ਤੇ ਮੋਹਰ ਲਾ ਦਿੰਦੇ ਆ ਕਿ ਇਹ ਨਹੀਂ ਇੱਥੇ ਆਉਣ ਦੇ ਕਾਬਿਲ ਇਹਦਾ ਜੇ ਪ ਜਿਹੜੇ ਲੋਕ ਇਦਾਂ ਜਾ ਕੇ ਕਰਦੇ ਨੇ ਮੈਂ ਵੇਖਿਆ ਬਾਕੀ ਦੇਸ਼ਾਂ ਵਿੱਚ ਵੀ ਕਰਦੇ ਪਏ ਆ। ਉਹਨਾਂ ਸਰਾਂ ਨੂੰ ਇਹ ਬੇਨਤੀ ਆ ਜੇ ਤੇ ਉਹ ਇਹ ਕੰਮ ਕਰਦੇ ਹੋਣ ਜਿਹਦੇ ਚੋ ਇਹ ਕਹਿਣ ਕਿ ਸਾਨੂੰ ਇਹ ਪਤਾ ਹੀ ਨਹੀਂ ਕਿ ਗੈਰਕਾਨੂੰਨੀ ਹੈ। ਉਹਦੀ ਤਾਂ ਹੀ ਅੱਖੀਂ ਕਿ ਇਹ ਇਗਨੋਰੈਂਸ ਹੈ ਉਹਨਾਂ ਦੀ ਗਲਤੀ ਆ ਪਰ ਅਣਜਾਣੇ ਚ ਹੋਈ ਉਹਨਾਂ ਨੂੰ ਪਤਾ ਨਹੀਂ ਸੀ। ਪਰ ਜੇ ਪਤਾ ਹੋਵੇ ਕਿ ਅਸੀਂ ਗਲਤ ਕੰਮ ਕਰਦੇ ਪਏ ਆ ਜਾਣ ਪੁੱਝ ਕੇ ਕਰਦੇ ਪਏ ਹਾਂ ਤੇ ਅਸੀਂ ਉਹਨਾਂ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਦੋਸ਼ ਕਾਦਾ ਦੇ। ਸਾਡੇ ਬੰਦਿਆਂ ਨੂੰ ਵੀ ਜਦੋਂ ਬਾਹਰ ਜਾਂਦੇ ਆ ਇਹੋ ਜਿਹੀਆਂ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਤੇ ਜਿਨ੍ਹਾਂ ਨੇ ਉਹਨਾਂ ਨੂੰ ਮਗਾਇਆ ਹੁੰਦਾ ਉਹਨਾਂ ਨੂੰ ਵੀ ਇਹੋ ਜਿਹੀਆਂ ਗੱਲਾਂ ਤੋਂ ਪਰਹੇਜ਼ ਕਰਨਾ ਚਾਹੀਦਾ ਨਹੀਂ ਤੇ ਉਹਨਾਂ ਦਾ ਆਪਣਾ ਇਮੇਜ ਵੀ ਖਰਾਬ ਹੁੰਦਾ ਜੀ ਚੰਗੀ ਗੱਲ ਹੈ ਇਹੋ ਜਿਹਾ ਘਟਾਵਾਂ ਤੋਂ ਕੁਝ ਸਬਕ ਸਿੱਖਿਆ ਜਾਵੇ ਜੀ ਪੰਸਰ ਸਾਹਿਬ ਹੋਰ ਇਜਾਜ਼ਤ ਨਹੀਂ ਦਿੰਦਾ ਤੁਸੀਂ ਚਰਚਾ ਕੀਤੀ ਤੁਹਾਡਾ ਬਹੁਤ ਧੰਨਵਾਦ ਜੀ ਮਿਹਰਬਾਨੀ ਸ਼ੁਕਰੀਆ ਜੀ ਅੱਜ ਦੇ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਵੇਲਾ ਆ ਗਿਆ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ ਤਕਤਰ ਹੋ ਪ੍ਰਾਈਮੇਅਰ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ